ਵਿਕਦੀ ਹੈ ਨਾ ਖੁਸ਼ੀ ਕਿਤੇ, ਨਾ ਕਿਤੇ ਗਮ ਵਿਕਦਾ ਏ। ਲੋਕ ਗਲਤ ਫਹਿਮੀ ਵਿੱਚ ਨੇ ਕਿ ਸ਼ਾਇਦ ਕਿਤੇ ਗਮ ਵਿਕਦਾ ਏ। ਇਨਸਾਨ ਖੁਆਇਸ਼ਾਂ ਨਾਲ ਬੰਨਿਆ ਇੱਕ ਜ਼ਿੱਦੀ ਪਰਿੰਦਾ ਏ, ਉਮੀਦ ਨਾਲ ਹੀ ਘਾਇਲ ਹੈ ਤੇ ਉਮੀਦ ਨਾਲ ਹੀ ਜ਼ਿੰਦਾ ਏ। ਬੂੰਦ ਦੀ ਪੋਡਕਾਸਟ ਸਰਵਿਸ ਵਿੱਚ ਸੁਣਨ ਵਾਲਿਆਂ ਦਾ ਜਸਲੀਨ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਦੀ ਜਿਸ ਦੀ ਕਿਤਾਬ ਸਾਡੇ ਸਾਰਿਆਂ ਕੋਲ ਹੈ, ਬਸ ਲੋੜ ਹੈ ਉਸਨੂੰ ਖੋਲ੍ਹ ਕੇ ਪੜ੍ਹਨ ਦੀ, ਜਿਸ ਨੂੰ ਪੜ੍ਹ ਕੇ ਅਸੀਂ ਜੀਵਨ ਦੀ ਪ੍ਰੀਖਿਆ ਵਿੱਚ ਪਾਸ ਹੋ ਸਕਦੇ ਹਾਂ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਉਮੀਦ ਦੀ। ਉਮੀਦ ਕੀ ਹੈ? ਉਮੀਦ ਹੈ ਇੱਕ ਆਸ ਜੋ ਹਨੇਰੇ ਮਨ ਵਿੱਚ ਕਿਤੇ ਨਾ ਕਿਤੇ ਜ਼ਰੂਰ ਜਗਦੀ ਹੈ, ਜੋ ਡਿੱਗ ਕੇ ਸਵਾਰ ਹੋਣ ਦਾ ਬਲ ਦਿੰਦੀ ਹੈ। ਦੋਸਤੋ, ਇਹ ਗੱਲ ਕਦੀ ਨਾ ਭੁੱਲੋ ਕਿ ਜਦੋਂ ਤੁਸੀਂ ਰੋਜ਼ ਡਿੱਗ ਕੇ ਦੁਬਾਰਾ ਖੜ੍ਹੇ ਹੁੰਦੇ ਹੋ ਤਾਂ ਤੁਹਾਡੇ ਹੌਸਲੇ ਜ਼ਿੰਦਗੀ ਤੋਂ ਵੀ ਵੱਡੇ ਹੋ ਜਾਂਦੇ ਨੇ। ਸਦੀਆਂ ਤੋਂ ਪਈ ਬੰਜ਼ਰ ਜ਼ਮੀਨ 'ਤੇ ਜਦੋਂ ਉਮੀਦ ਦਾ ਮੀਂਹ ਵਰਦਾ ਹੈ ਤਾਂ ਉਸਨੂੰ ਵੀ ਹਰੀ ਭਰੀ ਹੋਣਾ ਹੀ ਪੈਂਦਾ ਹੈ। ਫਿਰ ਉਸ 'ਤੇ ਕਈ ਤਰ੍ਹਾਂ ਦੇ ਰੁੱਖ ਅਜਿਹੇ ਵੀ ਲੱਗਦੇ ਨੇ ਜਿਸ ਨੂੰ ਸਬਰ, ਆਤਮ ਵਿਸ਼ਵਾਸ ਅਤੇ ਦ੍ਰਿੜਤਾ ਦੇ ਫਲ ਲੱਗਦੇ ਨੇ, ਜੋ ਜੀਵਨ ਦੀ ਦੌੜ ਵਿੱਚ ਹਾਰਨ ਨਹੀਂ ਦਿੰਦੇ। ਦੋਸਤੋ, ਕੀ ਤੁਹਾਨੂੰ ਪਤਾ ਹੈ, ਤੁਸੀਂ ਆਪਣੇ ਅੰਦਰ ਬਲ ਦੀ, ਉਮੀਦ ਦੀ ਲੋਅ ਨੂੰ ਆਪਣੇ ਦੋਸਤ, ਸਾਥੀ ਜਾਂ ਮਿੱਤਰ ਨਾਲ ਵੀ ਸਾਂਝੀ ਕਰ ਸਕਦੇ ਹੋ, ਜੋ ਮੰਜ਼ਿਲ ਨੂੰ ਹਾਸਲ ਤਾਂ ਕਰਨਾ ਚਾਹੁੰਦਾ ਹੈ ਪਰ ਹਿੰਮਤ ਹਾਰ ਬੈਠਾ ਹੈ। ਜੀ ਹਾਂ, ਤੁਸੀਂ ਆਪਣੇ ਸੁਵਿਚਾਰਾਂ ਨਾਲ ਉਸਦੇ ਮਨ ਵਿੱਚ ਉਮੀਦ ਦੀ ਕਿਰਨ ਜਗਾ ਸਕਦੇ ਹੋ। ਕੀ ਪਤਾ ਉਸਦਾ ਹਨੇਰਾ ਜੀਵਨ ਰੋਸ਼ਨਮਈ ਹੋ ਜਾਵੇ। ਇਸ ਨਾਲ ਹੀ ਸਬਰ ਤੇ ਇੰਤਜ਼ਾਰ ਦੇ ਨਿਯਮ ਵਿੱਚ ਰਹਿ ਕੇ ਮੈਂ ਜਸਲੀਨ ਕੌਰ ਬੂੰਦੇ ਦੀ ਪੋਡਕਾਸਟ ਸਰਵਿਸ ਵਿੱਚ ਫੇਰ ਮਿਲਾਂਗੀ ਉਮੀਦ ਦੀ ਇੱਕ ਨਵੀਂ ਕਿਰਨ ਦੇ ਨਾਲ। ਧੰਨਵਾਦ। ਕਿਸੀ ਵੀ ਮਹਿਲਾ ਕੀ ਪਹਿਚਾਨ ਕਿਆ ਹੋਤੀ ਹੈ? ਉਸਕੀ ਖੂਬਸੂਰਤੀ, ਉਸਕਾ ਰੰਗ ਰੂਪ, ਉਸਕੇ ਬਾਲ, ਉਸਕਾ ਚਿਹਰਾ, ਉਸਕੀ ਸ਼ੋਖ ਅਦਾਈ, ਜਾਂ ਫਿਰ ਉਸਕਾ ਵਿਵਹਾਰ, ਉਸਕੇ ਕਾਮ, ਉਸਕੇ ਗੁਣ, ਉਸਕਾ ਪਦ, ਉਸਕੀ ਬੁੱਧੀਮਤਾ, ਜਾਂ ਫਿਰ ਕੁਛ ਔਰ। ਆਪਕੀ ਪਹਿਚਾਨ ਸੇ ਰੂਬਰੂ ਹੋਣੇ ਕਾ ਸਮੇਂ ਆ ਗਿਆ ਹੈ। ਬੂੰਦੇ ਕੀ ਪੋਡਕਾਸਟ ਸਰਵਿਸ ਸੁਣਤੇ ਰਹੀਏ, ਕਿਉਂਕਿ ਪਹਿਚਾਨ ਅਭੀ ਬਾਕੀ ਹੈ।